इतनी बॉडी एक हो रही है, इतनी बॉडी हो रही है, मैं बता नहीं सकता। अभी दोपहर में खाना खाया था, वो भी हजम नहीं हुआ, सिर दुखी जा रहा है यार। इस साइड से ना सिर दुखी जा रहा है। बाहर आके बैठा हूँ थोड़ी देर, पंखे से दूर जा रहा हूँ तो गर्मी लग रही है, उसके पास आ रहा हूँ तो ठंड लग रही है। क्या करूँ, सिर दुख रहा है यार बहुत ज़्यादा। फोन पकड़ने का भी मन नहीं कर रहा, हिम्मत ही नहीं हो रही। काले करेली भी कटो ले लो। पंचर है कि सही है, देख लांगे। अभी जा रहा हूँ सुखी के पास। पंचर सी यार की सी हो मेरे हिसाब ना, देखना पैना की गया वो। सबर तो है ही नहीं ना, कोई बंदा गड्डी बैक कर रहा है, ओली सबर कर ली है। चलो गाइस सुखी ऑफिस चलते हैं, फिर मिलते हैं तुम। बड़ा यार मेरी अच्छी ही नहीं, की दसा की बोला, औखा जहा फील कर रहा मैं यार। शायद ना मैंने वो गड्डी चढ़ी हुई सी ता करके मैंने भुलेखा पे, इस करके मिलते हैं गाइस। फिर दी पंगी बोल चढ़ गए हैं ना उधरों भाई। सो गाइस किधर जा, किधर रहे हैं आप? यूथ अकाली दल दे प्रधान हुशियारपुर नूं मिलन जा रहे हैं। पता कौन मिलन जा रहे हैं? सोई प्रेसिडेंट जोन दुआबा सुखजिंदर सिंह औजला जी हुनी मिलन जा रहे हैं उन्हां कोल। ਪਿੱਛੇ ਬੈਠੇ ਹੋਏ ਬੰਦੇ ਵਧੀਆ ਤਰੀਕੇ ਨਾਲ ਇੰਜੋਏ ਕਰਨ ਡੇ ਹੈਗੇ। ਮੁੱਛਾਂ ਨੂੰ ਵੱਟ ਕੇ ਪਿੱਛੇ ਪਿੱਛੇ ਕਿੱਥੇ ਚੱਲਣਾ? ਮੈਂ ਜੁੱਤੀ ਵੀ ਲਾ ਲੈਣੀ ਹੈ, ਹੁਣ ਨਹੀਂ ਜਾ ਸਕਦਾ। ਜਿੰਨਾ ਮੈਂ ਥੱਕਿਆ ਉਨਾ ਹੀ ਤੂੰ ਥੱਕਿਆ ਹੋਇਆ, ਸਮਝ ਰਿਹਾ ਨਾ? ਮੇਰੀ ਤਾਂ ਏਦਾਂ ਆਜੋ ਆਜੋ ਖਿੱਚ ਕੇ ਰੱਖੋਗਾ। ਇਹਨੂੰ ਫੋਨ ਲਾਇਆ, ਉਹ ਤਾਂ ਪਿੱਛੇ ਆ ਗੱਡੀ ਸਾਡੀ ਦੇ। ਉਹ ਤਾਂ ਦੇਖ ਲੈ ਪਿੱਛੇ ਆ ਬਈ, ਉਹ ਵਧੀਆ ਤਰੀਕੇ ਨਾਲ ਡਿਜ਼ਾਇਰ ਚ ਆ ਰਹੇ ਆ, ਵਧੀਆ ਗੱਡੀ ਆ। ਅਜਮੇਰ ਹੀ ਹੈ,
ਵੈਸੇ ਵੀ ਅਜਮੇਰ ਭਾਈ ਰਾਤ ਚਲਾ ਕੇ ਖੁਸ਼ ਹੀ ਹੈ ਨੀਗਾ, ਉਧਰ ਦੀ ਰਾਤ ਚ ਬਦਲਣਾ ਸੀ ਮੈਨੂੰ ਲੱਗਦਾ ਹੀ ਹੈ ਪੱਗੀ ਪੱਗੀ ਪੱਗੀ। ਚਲੋ ਗਾਇਸ ਹੁਣ ਟਿੱਲੋ ਫਾਰਮ ਜਾ ਕੇ ਮਿਲਾਂਗੇ ਟਿੱਲੋ। ਸਮਾਂ ਵੀ ਏਦਾਂ ਨਾਲੇ ਇਲੈਕਸ਼ਨ ਆ ਗਏ, ਹਾਂਜੀ ਤੁਹਾਨੂੰ ਚਮਕਣ ਦਾ ਮੌਕਾ ਹੋ ਰਿਹਾ। ਸੋ ਗਾਇਸ ਮੈਂ ਇੰਨਾ ਜ਼ਿਆਦਾ ਥੱਕ ਚੁੱਕਾ ਹਾਂ ਨਾ, ਮੈਂ ਕਿੰਨੀ ਮੁਸ਼ਕਿਲ ਨਾਲ ਆਇਆ ਇੱਥੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਵੀ ਮੇਰੀ ਬਹੁਤ ਹਾਲਤ ਖਰਾਬ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਯਾਰ। ਚੜ੍ਹਾਈ ਜ਼ੋਰ ਗਿਆ ਤਾਂ ਸਾਨੂੰ ਜਾਣ ਲੱਗੇ ਵੀ ਰੁਕਣਾ ਚਾਹੀਦਾ, ਫਿਰ ਚੜ੍ਹਾਈ ਚੜ੍ਹਨੀ ਚਾਹੀਦੀ ਆ, ਫਿਰ ਸਾਨੂੰ ਆਉਣ ਲੱਗੇ ਵੀ ਰੁਕਣਾ ਚਾਹੀਦਾ। ਅਸੀਂ ਜਿਹੜੀ ਫੁਰਤੀ ਮਾਰੀ ਹੈ ਨਾ ਔਫਿਸ ਦੇ ਚੱਕਰ 'ਚ ਕਿ ਔਫਿਸ ਜਾਵਾਂਗੇ, ਅਤੇ ਕਾਹਦਾ ਔਫਿਸ ਜਾਵਾਂਗੇ, ਸਾਡਾ ਤਾਂ ਉੱਠ ਨਹੀਂ ਹੋ ਰਿਹਾ, ਬਹੁਤ ਔਖਾ ਹੋਇਆ। ਸੁੱਖੀ ਕਰਕੇ ਆਉਣਾ ਹੀ ਪੈਣਾ ਸੀਗਾ, ਪ੍ਰਧਾਨ ਲਾਤਾ ਪ੍ਰੈਜ਼ੀਡੈਂਟ ਸੋਈ, ਸਵੇਰੇ 7 ਵਜੇ ਫਿਰ ਉੱਠਣਾ ਯਾਰ, ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿੱਦਾਂ ਹੋਊਗਾ ਯਾਰ, ਬਹੁਤ ਔਖਾ ਹੋਇਆ। ਚਲਦੇ ਹਾਂ ਜਾ ਕੇ, ਮੈਂ ਫੇਸ ਹੋ ਜਾਣਾ ਬਰੋ, ਮੇਰੀ ਬਹੁਤ ਹਾਲਤ ਖਰਾਬ ਹੈ। ਟੀ ਸ਼ਰਟ ਵੀ ਮੈਂ ਕੱਲ੍ਹ ਵਾਲੀ ਜੋ ਮਿਲਿਆ ਮੈਂ ਪਾ ਕੇ ਆ ਗਿਆ ਬਰੋ, ਇੱਥੇ ਜਿਹੜਾ ਫੈਂਸੀ ਡਾਂਸ ਕੰਪੀਟੀਸ਼ਨ ਚੱਲ ਰਿਹਾ ਸੀ ਕੱਪੜੇ ਨਵੇਂ ਹੀ ਪਾ ਕੇ ਆਏ। ਚਲੋ ਗਾਇਸ ਫਿਰ ਮਿਲਦੇ ਹਾਂ, ਆ ਪਿਆ ਸਰੋਪਾ ਗਾਇਸ ਇੱਧਰ, ਦਿਸ ਇਜ਼ ਸਰੋਪਾ। ਚਲੋ ਚੱਲਦੇ ਹਾਂ ਘਰ ਵੱਲ, ਹਾਲਤ ਤਾਂ ਹੋਈ ਹੋਈ ਆ ਖਰਾਬ, ਤੁਹਾਨੂੰ ਮੈਂ ਕੀ ਦੱਸਾਂ, ਮੈਨੂੰ ਕਹਿ ਲਓ ਕਿ ਇੱਕ ਤਾਂ ਰੋਟੀ ਖਾ ਕੇ ਦੁਪਹਿਰੇ ਮੈਂ ਸੋ ਗਿਆ, ਉਹ ਸਾਲੀ ਛਾਤੀ 'ਚ ਹੀ ਰਹਿ ਗਈ ਰੋਟੀ, ਉਲਟੀ ਕੱਢੀ ਆ ਫਿਰ ਜਾ ਕੇ ਮਜ਼ਾ ਆਇਆ, ਔਖਾ ਹੋ ਗਿਆ ਜੀ ਗਾਇਸ, ਮੁਸ਼ਕਿਲ ਹੋ ਗਿਆ ਇਹ ਮੁਸ਼ਕਿਲ। ਛਾਤੀ ਜਦੋਂ ਭਾਰੀ ਹੋਵੇ ਸਮਝੋ ਤੁਹਾਡੇ ਵਾਲਾ ਰੋਟੀ ਹਜ਼ਮ ਨਹੀਂ ਹੋਈ, ਹੋਣੀ ਕਿੱਦਾਂ ਸੀ ਬਰੋ, ਭੈਣ ਇੰਨਾ ਔਖਾ ਹੋਇਆ ਪਿਆ ਸੀ ਕੰਮ ਸਾਰਾ ਹੀ, ਇੱਥੇ ਝੂਲੇ ਕਿਸ ਗੱਲ ਦੇ ਲੱਗ ਰਹੇ ਆ, ਕੀ ਬਣ ਗਿਆ ਯਾਰ, ਮੈਂ ਸ਼ਹਿਰ 2 ਦਿਨ ਲਈ ਛੱਡ ਕੇ ਜਾਂਦਾ, ਇੱਥੇ ਕੁਛ ਨਵਾਂ ਕਰ ਲੈਂਦੇ ਆ ਬੰਦੇ, ਕੀਤਾ ਕੀ ਹੈ ਇਹਨਾਂ ਨੇ ਯਾਰ, ਆ ਫਿਰ ਕੁਛ ਬਣਾ ਦਿੱਤਾ ਇੱਥੇ ਯਾਰ, ਮੈਂ ਆਇਆ ਕਹਿੰਦੀ ਸੀ ਇੱਧਰ ਦੀ ਨਹੀਂ ਆਇਆ ਸੀ, ਮੈਂ ਕਿੱਧਰ ਦੀ ਆਇਆ ਕਿੱਧਰ ਦੀ, ਆਹ ਦੇਖੋ ਰੌਣਕਾਂ ਗਾਇਸ, ਮੈਨੂੰ ਇਹ ਰੌਣਕ ਬਿਲਕੁਲ ਅੱਛੀ ਨਹੀਂ ਲੱਗ ਰਹੀ ਕਿਉਂਕਿ ਮੇਰਾ ਜ਼ੋਰ ਲੱਗਾ ਹੋਇਆ ਗਾਇਸ, ਅੱਜ ਹਨੂੰਮਾਨ ਜੀ ਦਾ ਮੰਗਲਵਾਰ ਵੀ ਸੀ, ਗਊਸ਼ਾਲਾ ਵੀ ਜਾਣਾ ਸੀ, ਲੇਕਿਨ ਹਿੰਮਤ ਹੀ ਨਹੀਂ ਸੀ ਬਰੋ, ਦੇਖੋ ਰਸ਼ ਦੇਖੋ ਗਾਇਸ, ਬਜਰੰਗ ਬਲੀ ਦਾ ਰਸ਼ ਦੇਖੋ ਕਿੰਨਾ ਲੱਗਿਆ ਹੋਇਆ। ਚਲੋ ਚਲੋ ਗਾਇਸ ਦੇਖ ਲਿਆ ਰਸ਼, ਰੱਬ ਨੇ ਵੀ ਦਿਖਾ ਦਿੱਤਾ ਸਾਨੂੰ। ਸੋ ਗਾਇਸ ਗੁੱਡ ਮੋਰਨਿੰਗ, ਥੋੜ੍ਹਾ ਜਿਹਾ ਠੀਕ ਹੈ ਅੱਜ ਮੈਂ, ਐਂਡ ਹੁਣ ਜਾ ਰਹੇ ਹਾਂ
ਸੁੱਖੀ ਦੀ ਰੈਲੀ ਹੈ, ਉੱਥੇ ਜਾ ਰਹੇ। ਕੁੜਤੇ ਪਜਾਮੇ ਨਾਲ ਤਾਂ ਪੈਂਟ ਸ਼ਰਟ ਹੀ ਆਪਣੇ ਨੂੰ ਸਹੀ ਲੱਗਦੀ ਹੈ, ਪਤਾ ਨਹੀਂ ਕਿਉਂ ਯਾਰ। ਇੱਕ ਤਾਂ ਇਹ ਵੀ ਬੜੀ ਕਨਫਿਊਜ਼ਨ ਹੋ ਜਾਂਦੀ ਕਿ ਪਾਵਾਂਗੀ। ਸੋ ਗਾਇਜ਼ ਮੈਨੂੰ ਸੁਣਾਓ ਕੀ ਹਾਲ ਚਾਲ ਨੇ, ਹਾਊਜ਼ ਇਟ ਗੋਇੰਗ, ਕਿਆ ਮਾਹੌਲ, ਕਿਆ ਸੀਨ, ਬਤਾਈਏਗਾ ਹਮੇਂ, ਕੈਸੇ ਚੱਲ ਰਿਹਾ ਹੈ। ਬਸ ਇੱਕ ਦੋ ਦਿਨ ਹੀ, ਮਾਫ਼ ਕਰ ਦਿਓ ਯਾਰ, ਸਹੀ ਸੇ ਪ੍ਰੋਪਰ ਵਲੌਗ ਨਹੀਂ ਆਇਆ। ਬਸ ਇਹ ਤੋਂ ਬਾਅਦ ਤਾਂ ਧੁੱਕੀ ਠਾ ਦੇਣੀ ਆਪਾਂ, ਤੁਹਾਨੂੰ ਪਤਾ ਹੀ ਆ। ਅੱਜ ਵੀ ਮੇਰੇ ਹਿਸਾਬ ਨਾਲ ਆਫਿਸ ਆਪਣੇ ਤੋਂ ਜਾ ਨਹੀਂ ਹੋਣਾ, ਸਮਝ ਰਹੇ। ਬਾਕੀ ਕੋਈ ਨਹੀਂ, ਲੈਟਸ ਹੋਪ ਫੋਰ ਦਾ ਬੈਸਟ, ਜੋ ਹੋਊਗਾ ਬੜੀਆ ਹੀ ਹੋਊਗਾ। ਬਾਈ ਸੱਚ ਮੇ ਯਾਰ, ਅਮਰਨਾਥ ਸੇ ਜ਼ਿਆਦਾ ਡਿਫੀਕਲਟ ਹੈ ਯਾਰ ਇਹ ਵਾਲੀ, ਯੇ ਵਾਲੀ ਜੋ ਹੈ ਨਾ, ਅਮਰਨਾਥ ਸੇ ਜ਼ਿਆਦਾ ਡਿਫੀਕਲਟ ਹੈ। ਕੱਪੜੇ ਕਿਹੜੇ ਪਾਵਾਂ, ਪਾ ਕੇ ਦੇਖਦੇ ਹੁਣ। ਜ਼ਿਆਦਾ ਵੱਡੀ ਲੰਬੀ ਆ ਸ਼ਰਟ, ਕੀ ਕਰ ਸਕਦੇ ਹਾਂ। ਐਕਚੁਲੀ ਗਾਇਜ਼, ਅਗਰ ਤਾਂ ਮੈਂ ਆਪਣਾ ਸਾਈਜ਼ ਲੇਤਾ ਹੂੰ ਤਾਂ ਫਿਰ ਉਸਮੇ ਟੱਕਣ ਕਾ ਆਪਸ਼ਨ ਖਤਮ ਹੋ ਜਾਤਾ, ਅਗਰ ਲੰਬੀ ਰਹਿਤਾ ਹੂੰ ਤਾਂ ਫਿਰ ਉਹ ਜ਼ਿਆਦਾ ਲੰਬੀ ਹੋ ਜਾਂਦੀ ਹੈ, ਇਨਸਾਨ ਕੀ ਕਰੇ ਤਾਂ ਕਰੇ ਹੀ। ਚਲੋ ਗਾਇਜ਼, ਇਸ ਵਲੌਗ ਕੋ ਕਰਤੇ ਹੀ ਪਰ ਐਂਡ ਫਿਰ ਮੁਲਾਕਾਤ ਹੋਗੀ। ਕੱਲ੍ਹ ਟਿਲ ਦਾ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਹਰ ਹਰ ਮਹਾਦੇਵ ਗਾਇਜ਼, ਰਾਧੇ ਰਾਧੇ ਐਂਡ ਜੈ ਮਾਤਾ ਦੀ। ਮੇਰੇ ਕੋਲ ਨਿਕਲਣਾ ਪਵੇਗਾ ਬਹੁਤ ਸੇ ਬਹੁਤ ਸੇ ਬਹੁਤ ਸੇ ਬਹੁਤ ਸੇ ਜਲਦੀ, ਬਹੁਤ ਸੇ ਜਲਦੀ। ਬਾਲ 3 ਦਿਨ ਹੋ ਗਏ ਤੋਤੇ ਨਹੀਂ, 2 ਦਿਨ ਹੋ ਗਏ ਨਾ ਹੱਤਿਆ ਨਹੀਂ, ਬਹੁਤ ਬੁਰੀ ਹਾਲਤ ਹੈ, ਸ਼ਕਲ ਦੇਖ ਲਓ ਕਿੰਨੀ ਗੰਦੀ ਬਣੀ ਹੋਈ ਹੈ। ਆਈ ਹੋਪ ਮੁਝੇ ਆਪ ਸਭ ਮਾਫ਼ ਕਰ ਦੇਣ। ਬਾਏ ਬਾਏ ਗਾਇਜ਼।